लेटेस्ट अपडेट्स के लिए दबाना न भूलें बेल आइकन और सब्सक्राइब करें हमारा यूट्यूब चैनल उधर आम आदमी पार्टी के विधायक आपको बता दें कि नेजर सिंह के कांग्रेस में शामिल होने के बाद हमारे संवाददाता सुमित जोशी ने पंजाब के कैबिनेट मंत्री तृप्त राजेंद्र सिंह बाजपा से खास बातचीत की क्या कुछ कहा उन्होंने आइए सुनते हैं ਅਧਵੀ ਪਾਰਟੀ ਦੇ ਵਿਧਾਇਕ ਕਾਂਗਰਸ ਚ ਸ਼ਾਮਲ ਹੋਏ ਨੇ ਤੇ ਤ੍ਰਿਪਤਿੰਦਰ ਸਿੰਘ ਬਾਜਵਾ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਹੈਗਾਗਾ ਨਾਲ ਮੁੱਖ ਮੰਤਰੀ ਮੌਜੂਦ ਸੀ ਬਾਜਵਾ ਸਾਹਿਬ ਦੇਖਦੇ ਹੈਗੇ ਹੋਗੇ ਕਿ ਹੁਣ ਆਮ ਆਦਮੀ ਪਾਰਟੀ ਛੱਡ ਕੇ ਸੀਨੀਅਰ ਲੀਡਰ ਇੱਕ ਸ਼ਾਮਲ ਹੋਏ ਨੇ ਕਾਂਗਰਸ ਚ ਬਲਤਾ ਮਿਲੂਗੀ ਕਿਤੇ ਨਾ ਕਿਤੇ ਝਟਕਾ ਪਾਰਟੀ ਨੂੰ ਕਾਫੀ ਵੱਡਾ ਦਿੱਤਾ ਹੈ ਤੁਹਾਨੂੰ ਹਾਂਜੀ ਉਹ ਜਿਆਨੂ ਜੀ ਉਹਨਾਂ ਦਾ ਚੰਗਾ ਇਨਸਾਨ ਹੈ ਸੋ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀਗੀ ਉਹਨਾਂ ਨੇ ਮੰਨ ਲਿਆ ਕਿ ਆਮ ਪਾਰਟੀ ਦਾ ਕੋਈ ਫਿਊਚਰ ਨਹੀਂ ਰਹਿ ਗਿਆ ਹਰ ਇਨਸਾਨ ਸਮਝਦਾ ਵੀ ਇੱਕ ਪਾਣੀ ਦਾ ਬਲਬਲਾ ਉਠਿਆ ਸੀਗਾ ਪਾਣੀ ਦੇ ਬੁਲਬਲੇ ਉਹ ਬੰਦ ਹੋ ਗਿਆ ਚਾਲੂ ਜਿਹੜਾ ਉਹ ਖਿਲਰ ਚੁੱਕਾ ਸੋ ਇੱਕ ਚੰਗੇ ਇਨਸਾਨ ਨੂੰ ਪਾਰਟੀ ਨੇ ਆਪਣੇ ਚ ਲਿਆ ਵੀ ਆਰ ਥੈਂਕਫੁਲ ਟੂ ਹਿਮ ਚੁਕਰ ਗੇ ਜਾ ਰਹੇ ਆਨ ਸਰ ਨਾਜ਼ਰ ਸਿੰਘ ਦਾ ਤੇ ਜੀ ਆਇਆਂ ਕਹਿੰਦੇ ਸੋ ਪਾਲ ਖੇਰਾ ਦੇ ਨਾਲ ਵੀ ਕਿਹੜਾ ਉਹ ਨਜ਼ਰ ਆਏ ਸੀਗੇ ਪਰ ਹੁਣ ਜਿਵੇਂ ਉਹਨਾਂ ਨੇ ਸਿੱਧੇ ਤੌਰ ਤੇ ਪਾਰਟੀ ਦਾ ਦਮਨ ਥਾਮ ਲਿਆ ਹੈਗਾ ਕਿ ਬਾਕੀ ਵੀ ਕੋਈ ਐਮਐਲਏ ਹੈਗੇ ਨੇ ਕਿਉਂਕਿ ਚਾਰ ਤੋਂ ਪੰਜ ਐਮਐਲਏ ਉਦੋਂ ਨਾਰਾਜ਼ ਹੋਏ ਸੀ ਇਹ ਬਾਕੀ ਐਮਐਲਏ ਬਾਰੇ ਮੈਂ ਕੁਝ ਨਹੀਂ ਜਾਣਦਾ ਇਹ ਇਹਨਾਂ ਦਾ ਨਲਮੀਰ ਨਾਲ ਕੰਟੈਕਟ ਹੈਗਾ ਸੀਗਾ ਸੋ ਗੱਲਬਾਤ ਚੱਲ ਰਹੀ ਸੀਗੀ ਬਾਕੀ ਐਮਐਲਏ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੋਈ ਹੈ ਫਿਰ ਕੀ ਅੱਗੇ ਕੋਈ ਤੁਹਾਡੀ ਨੁਮਾਇੰਦਗੀ ਕੋਈ ਦਿੱਤੀ ਜਾਊ ਉਹ ਖੇਤਰ ਚੋਂ ਅਨਕੰਡੀਸ਼ਨਲ ਉਹਨਾਂ ਨੇ ਮਦਦ ਕੀਤੀ ਹੈ ਸਾਡੀ ਪਾਰਟੀ ਦੀ ਕੋਈ ਡੀਲ ਨਹੀਂ ਹੋਈ ਇਹੋ ਜਿਹਾ ਕੋਈ ਮਸਲਾ ਨਹੀਂ ਚੰਗਾ ਇਨਸਾਨ ਪਾਰਟੀ ਜਨੂ 21000 ਵੋਟ ਤੇ ਜਿੱਤਿਆ ਸੀਗਾ ਸੋ ਜੀ ਆਨੂੰ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ ਚੋਣ ਪ੍ਰਚਾਰ ਵੀ ਤੇਜ਼ ਹੈ ਰੋਪ ਰੱਤ ਰੋਪ ਲਗਾਤਾਰ ਤੇਜ਼ ਨੇ ਕਿ ਅਕਾਲੀ ਦਲ ਕਹਿ ਰਿਹਾ ਹੈ ਕਿ ਕਾਂਗਰਸ ਬੇਅਦਬੀ ਦੇ ਮਾਮਲੇ ਨੂੰ ਚੱਕਦਾ ਰਹੀ ਹੈਗੀ ਹੈ ਕਿ ਪਰ ਹੁਣ ਸ਼ਾਇਦ ਲੋਕਾਂ 'ਚ ਉਹ ਚੀਜ਼ ਨਹੀਂ ਰਹਿ ਗਈ ਹੈਗੀ ਹੈ ਕਿ ਕੁਮਰ ਵਿਜੇ ਪ੍ਰਤਾਪ ਦੇ ਮਾਮਲੇ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਵੀ ਕਾਂਗਰਸ ਵੀ ਉਹਨੀ ਕਿ ਝੁਕੀ ਹੋਈ ਆ ਰਹੀ ਜੀ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਬੇਅਦਬੀ ਦਾ ਮਾਮਲਾ ਲੋਕੀ ਕਿਵੇਂ ਭੁੱਲ ਸਕਦੇ ਨੇ ਬੇਅਦਬੀ ਲੋਕਾਂ ਦੇ ਮਨਾਂ 'ਚ ਵੜੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕੋਈ ਪੰਜਾਬੀ ਨਹੀਂ ਭੁੱਲ ਸਕਦਾ ਸੋ ਅਕਾਲੀ ਆਪ ਕਾਬਰੇ ਹੋਏ ਨੇ ਬਾਕੀ ਰਿਜ਼ਲਟ ਦਸੇਗਾ ਇਲੈਕਸ਼ਨਾਂ ਦਾ ਕੈਪਟਨ ਸਾਹਿਬ ਨੇ ਸਟੇਜ ਤੋਂ ਸਿੱਧੇ ਤੌਰ ਤੇ ਕਿਹਾ ਕਿ ਰਿਸਪਾਂਸ ਦੇਖਿਆ ਜਾਊਗਾ ਪਰਫਾਰਮੈਂਸ ਦੇਖੀ ਜਾਊਗੀ ਕਿ ਜੇ ਮੰਤਰੀ ਨਹੀਂ ਜਿੱਤ ਕੇ ਆਉਂਦੇ ਹੈਗੇ ਯਾਨੀ ਕਿ ਉਹਨਾਂ ਦੇ ਏਰੀਆ ਚ ਨਹੀਂ ਲੋਕ ਸਭਾ ਉਮੀਦਵਾਰ ਜਿੱਤਦੇ ਜਾਂ ਵਿਧਾਇਕ ਨਹੀਂ ਜਿੱਤੇ ਕਾਰਵਾਈ ਹੋ ਅਕਾਲੀ ਦਲ ਕਹਿੰਦਾ ਕਿ ਨੈਤਿਕਤਾ ਦੇ ਤੌਰ ਤੇ ਇਹ ਬਿਲਕੁਲ ਗਲਤ ਕਰੀ ਹੈ ਗਿਆ ਮੁੱਖ ਮੰਤਰੀ ਨੇ ਗੱਲ ਜਦ ਕਿ ਐ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦਾ ਡਰਾਬੇ ਦੀ ਸ਼ਾਇਦ ਤਾਂ ਜ਼ਰੂਰਤ ਪਈ ਕਿ ਨਾਰਾਜ਼ਗੀਆਂ ਜ਼ਿਆਦਾ ਹੋ ਗਈਆਂ ਕੋਈ ਨਾਰਾਜ਼ਗੀ ਨਹੀਂ ਹੋਈ ਅਰਕ ਨੂੰ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਆ ਸੀਐਮ ਸਾਹਿਬ ਨੇ ਜੋ ਆਖਿਆ ਠੀਕ ਹੀ ਤਾਂ ਮੈਂ ਸੀਐਮ ਸਾਹਿਬ ਦੇ ਇਹੋ ਜਿਹੇ ਬਿਆਨ ਨੂੰ ਜੀਆ ਗੈਨਾ ਹਰ ਬੰਦਾ ਹਰ ਐਮਐਲਏ ਹਰ ਵਜ਼ੀਰ ਜਿਹੜਾ ਉਹ ਆਪਣੇ ਖੇਤਰ ਦਾ ਜ਼ਿੰਮੇਵਾਰ ਸੋ ਇਸ ਕਰਕੇ ਜੋ ਸੀਐਮ ਸਾਹਿਬ ਨੇ ਆਖਿਆ ਠੀਕ ਆ ਨਾਸ ਪੁੱਛੂੰਗਾ ਮੁੱਖ ਮੰਤਰੀ ਨੇ ਕੱਲ ਸੰਗਰੂਰ ਚ ਸਟੇਜ ਤੇ ਬੋਲ ਰਹੇ ਸੀਗੇ ਕਿ ਇੱਕ ਹੈਲੀਕਾਪਟਰ ਤੱਕ ਭਾਜਪਨੇ ਰੋਕਤਾ ਸ਼ਾਇਦ ਭਾਜਪਨ ਨਹੀਂ ਜਿਆਦਾ ਡਰੀ ਹੋਈ ਹੈ ਤੇ ਮੈਨੂੰ ਹਰ ਇੱਕ ਥਾਂ ਤੋਂ ਜਾਣ ਤੋਂ ਰੋਕ ਨਹੀਂ ਸਕਦੀ ਉਹ ਮੈਨੂੰ ਲੋਕਾਂ ਦਾ ਪਿਆਰ ਹੈਗਾ ਸਮਝਦੇ ਹੋ ਕਿ ਤੁਸੀਂ ਕਿਤਨਾ ਕਿਤੇ ਇੱਥੇ ਤੱਕ ਦੀਆਂ ਜਿਹੜੀਆਂ ਨੇ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਪ੍ਰਚਾਰ ਤੱਕ ਤੇ ਦੇਖੋ ਬੀਜੇਪੀ ਬੜੇ ਛੋਟੇ ਲੈਵਲ ਤੇ ਆ ਗਈ ਹੈ ਮਾੜੀ ਗੱਲ ਹੈ ਕਦੇ ਚੀਫ ਮਿਨਿਸਟਰ ਦੇ ਘਰ ਤੇ ਰੇਡ ਕਰਾਉਣਾ ਸੀਬੀਆਈ ਨੂੰ ਆਈਬੀ ਨੂੰ ਈਡੀ ਨੂੰ ਸਭ ਨੂੰ ਵਰਤ ਰਹੀ ਹੈ ਮੋਦੀ ਸਾਹਿਬ ਘਬਰੇ ਹੋਏ ਨੇ ਸੋ ਛੋਟੇ ਸਿਆਰਤ ਆਏ ਪੈ। ਇਹ ਮੁਲਕ ਦੀ ਬਦਕਿਸਮਤੀ ਆ। ਕਦੇ ਇਹੋ ਜਿਹੇ ਪਾਰਲੀਮੈਂਟ ਇਲੈਕਸ਼ਨਾਂ ਚ ਕੋਈ ਨਹੀਂ ਦੇਖਿਆ। ਮਸ਼ੀਨਾਂ ਨੂੰ ਖਰਾਬ ਕਰਕੇ ਆਪਣੇ ਰਿਜ਼ਲਟ ਠੀਕ ਕਰਾਉਣੇ। ਸੋ ਪਤਾ ਨਹੀਂ ਇਸ ਮੁਲਕ ਦਾ ਕੀ ਬਣਨਾ। ਬਿਲਕੁਲ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਲ 나ਜਰ ਸਿੰਘ ਮਾਨਸਈਆ ਨੇ ਕਾਂਗਰਸ ਦਾ ਹੱਥ تھਾਮਿਆ ਹੈਗਾਗਾ ਹਾਲਾਂਕਿ ਪਾਰਟੀ ਵਾਸਤੇ ਵੱਡਾ ਝਟਕਾ ਆ ਆਮ ਆਦਮੀ ਪਾਰਟੀ ਵਾਸਤੇ। ਕਾਂਗਰਸ ਸਿੱਧੇ ਤੌਰ ਤੇ ਦੇਖਦੀ ਹੈ ਕਿ ਜਿਸ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਆਈ ਤਾਂ ਹੁਣ ਕਿਤੇ ਨਾ ਕਿਤੇ ਤੀਲਾ ਤੀਲਾ ਹੁੰਦੀ ਹੋਈ ਹੁਣ ਸਿਮਟ ਕੇ ਦੂਜਾਂ ਦੇ वीडियो जन संदीप दिना सुमी जोशी जनता टीवी लेटेस्ट अपडेट्स के लिए दबाना ना बेल आइकन और सब्सक्राइब करें हमारा यूट्यूब चैनल